ਆਇਆ ਆਸਿਫ ਬਾਈ ਹੋਰੀ ਅਤੇ ਦੋਨੋਂ ਜਿੰਨ ਆਸਿਫ ਲੱਗੇ ਹੋਏ ਹੈਗੇ, ਇਹ ਫਰੰਟ ਸਾਰਾ ਇਹਨਾਂ ਨੇ ਮੁਕੰਮਲ ਕਰ ਲਿਆ ਮਾਸ਼ਾਅੱਲਾ, ਇਹ ਸਾਈਡ 'ਤੇ ਲੱਗੇ ਹੋਏ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਅਸਲਾਮੁ ਅਲੈਕੁਮ, ਕੀ ਹਾਲ ਚਾਲ ਹੈ ਮੇਰੇ ਤਮਾਮ ਭੈਣ ਭਾਈਆਂ ਦੀ? ਉਮੀਦ ਕਰਨਾ ਸਾਰੇ ਠੀਕ ਹੋਣਗੇ, ਜਿੱਥੇ ਵੀ ਖੁਸ਼ ਰਹੋ ਬਾਦ ਰਹੋ ਮਿਸ਼ਾ ਦੇ ਵਸਦੇ ਰਹੋ, ਅਲਹਮਦੁਲਿਲਾਹ ਬਿਲਕੁਲ ਠੀਕ ਹੈ। ਵੈਲਕਮ ਜੀ, ਸੁਬਹ ਬਖੈਰ, ਗੁੱਡ ਮਾਰਨਿੰਗ, ਸੁਬਹ ਦਾ ਟਾਈਮ ਹੈ ਮਾਸ਼ਾਅੱਲਾ, ਅੱਜ ਇਹਨਾਂ ਮੌਸਮ ਕਾਫੀ ਬਿਹਤਰ ਹੈਗਾ। ਬਾਕੀ ਇਹ ਹੈਗਾ ਕਿ ਦੁਕਾਨ ਸਫਾਈ ਸੁਥਰਾਈ ਜਿੰਨਾ ਕਰਕੇ ਦੁਕਾਨ ਜਿੰਨਾ ਓਪਨ ਕਰਨੇ ਹੈਗੇ, ਬਾਕੀ ਦੁਕਾਨ ਬੰਦ ਹੈ ਮਾਸ਼ਾਅੱਲਾ। ਜਿਹਨਾਂ ਸੁਬਹ ਨਾਲ 500 ਸੇਲ ਹੋ ਵੀ ਗਈ ਹੈ ਜੀ। ਕੱਲ੍ਹ ਵਾਲੇ ਬਾਕੀ ਪੈਸੇ ਰੱਖਣ, ਕਿਉਂਕਿ ਜਾਣਾ ਬਾਈ ਇਰਫਾਨ, ਉਹਨਾਂ ਦਾ ਤਕਰੀਬਨ 16-17 ਹਜ਼ਾਰ ਹੁੰਦਾ ਅਗਲਾ ਤਗਲਾ ਹੈਗਾ, ਉਹਨਾਂ 'ਚ ਕੋਈ 3200 ਰੁਪਏ ਕੱਲ੍ਹ ਜਿੰਨਾ ਰੱਖਿਆ ਹੋ ਗਿਆ, ਕੋਈ 3-4 ਹਜ਼ਾਰ ਹੋਰ ਲਾ ਕੇ ਕੋਈ 7-8 ਹਜ਼ਾਰ ਦੇ ਦੇਵਾਂਗੇ, 7 ਹਜ਼ਾਰ ਜਾਂ 6 ਹਜ਼ਾਰ ਜਿਹੜੇ ਬਣ ਕੇ ਅੱਲਾ ਖੈਰ ਕਰੇਗਾ ਦੇ ਕੇ ਅਤੇ ਨਿਜ਼ਾਮ ਚਲਾ ਲਾਂਗੇ। ਅਤੇ ਫਿਰ ਕਿਉਂਕਿ ਨਾ ਇਹ ਗੱਲ ਉਤਲਾ 6 ਅਗਰ ਦੇ ਚੜਿਆ ਨਾਲ 10-1 ਹਜ਼ਾਰ ਦਾ ਲੈ ਲਵਾਂਗੇ, ਮਤਲਬ ਕਿ ਥੋੜ੍ਹੇ ਬਹੁਤ ਉਧਾਰ ਕਰਦੇ ਜਾਵਾਂਗੇ, ਕੋਈ ਦੇ ਛੱਡੇ ਕੋਈ ਲੈ ਲਿਆ, ਕੋਈ ਦੇ ਛੱਡੇ, ਫਿਰ ਆਹਿਸਤਾ ਆਹਿਸਤਾ ਜਿਸ ਟਾਈਮ ਕੋਈ 40-50 ਹਜ਼ਾਰ ਹੋ ਗਿਆ, ਫਿਰ ਥੋੜ੍ਹੇ ਥੋੜ੍ਹੇ ਕਰਕੇ ਦਿੰਦੇ ਜਾਵਾਂਗੇ ਘਰ ਸਮਾਨ ਨਾਲ, ਜਿਹਨਾਂ ਦੁਕਾਨ ਪਾਉਂਦੇ ਐਵੇਂ ਉਧਾਰ ਸੁਧਾਰ ਨਿਜ਼ਾਮ ਲਾ ਕੇ। ਪਹਿਲੇ ਦਿਲ ਆ ਮੇਰਾ ਕਿ ਨਾ ਬਾਈ ਇਰਫਾਨ ਉਹਨਾਂ ਨੂੰ ਪੈਸੇ ਦੇਵਾਂ, ਹੁਣ ਦੇ ਲਈ ਕੋਈ ਥੋੜ੍ਹੀਆਂ ਜਿਹੀਆਂ ਸੇਵੀਆਂ ਲੈ ਲੈਂਦੇ ਹਾਂ ਅਤੇ ਕੁਝ ਤੇਜ਼ਾਬ ਅਤੇ ਬਲੀਚ ਜਿਹਨਾਂ ਲੈ ਲੈਂਦੇ ਹਾਂ। ਬਾਈ ਜਹਾਜ਼ ਉਹਨਾਂ ਨੂੰ ਕੀਤੀ ਕਾਲ, ਉਹਨਾਂ ਕੋਲ ਹੁੰਦਾ ਇੱਕ ਮੂੰਗਫਲੀ ਵਾਲਾ ਬਾਈਕ, ਉਹ ਜਿਹਨਾਂ ਵਾਹਵਾ ਸਸਤੀ ਦਿੰਦਾ, ਚੀਜ਼ ਅੱਛੀ ਦਿੰਦਾ ਹੈਗਾ, ਉਹ ਇਨਸ਼ਾਅੱਲਾ ਉਹ ਵੀ ਸ਼ਾਇਦ ਅਗਰ ਅੱਜ ਆਇਆ ਤਾਂ ਲਵਾਂਗੇ। ਬਾਕੀ ਦੁਕਾਨ ਦੀ ਸਾਰੀ ਸਫਾਈ ਸੁਥਰਾਈ ਕੀਤੀ, ਮਾੜਾ ਮੋਟਾ ਕੱਪੜਾ ਵੱਜਦਾ ਹੋਵੇ ਨਾ ਅਤੇ ਸੋਹਣਾ ਮਾਹੌਲ ਰਹਿੰਦਾ ਹੈਗਾ। ਬਾਕੀ ਮਾਸ਼ਾਅੱਲਾ ਜਿਹਨਾਂ ਸੋਹਣੀ ਜਿਹਨਾਂ ਵੇਖੋ, ਅਲਹਮਦੁਲਿਲਾ ਜਿਹਨਾਂ ਅਗਲੇ ਸਾਰੇ ਕਲੀਅਰ ਕੀਤੇ ਹਨ, ਉਹ ਤੋਂ ਮਾਸ਼ਾਅੱਲਾ ਮਜ਼ੀਦ ਗਾਹਕ ਆ ਗਏ। ਚਲੋ ਹੈਗਾ ਅਤੇ ਉਹ ਬਲੀਚਾਂ ਵਗੈਰਾ ਜਿਹਨਾਂ ਉਹ ਪੈਸੇ ਲੈਦਾ ਰੱਖਿਆ ਗਿਆ, ਬਲੀਚਾਂ ਵਗੈਰਾ ਅਤੇ ਜਿਹੜੀ ਚੀਜ਼ ਮਤਲਬ ਕਿ ਨਾ ਤੇਜ਼ਾਬ ਅਤੇ ਸੇਵੀਆਂ ਇਹ ਚੀਜ਼ਾਂ ਮੰਗਾ ਲਏ। ਹਾਂਜੀ, ਇਹ ਕੀ ਲਈ ਬਣਾਇਆ? ਅੰਦਰ ਆਕਿਆ, ਅੰਦਰ ਆਕਿਆ, ਆ ਜਾਓ ਰੇ ਮੁਹੰਮਦ ਈਸਾ, ਮੁਹੰਮਦ ਈਸਾ। ਹਾਂਜੀ, ਇਹ ਤਾਂ ਜਿਹੜਾ ਬਾਈ ਜਹਾਜ਼ ਹੋਰਾਂ ਨੇ ਆਇਆ ਕਿ ਬਾਈ ਹੋਰਾਂ ਦਾ ਤਹਿ ਦਿਲੋਂ ਸ਼ੁਕਰੀਆ, ਕਿਉਂਕਿ ਇਹਨਾਂ ਫੋਨ 'ਤੇ ਮੈਨੂੰ ਦੱਸਿਆ ਅੱਗੇ ਮੂੰਗਫਲੀ ਕਈ ਬਾਈ ਫਸਟ ਟਾਈਮ ਲੈ ਲਈਏ, ਬੜੀ ਮਿਹਰਬਾਨੀ, ਸ਼ੁਕਰੀਆ। ਮੈਂ ਚੱਲ ਕੇ ਜਿਹਨਾਂ ਲੈਣੇ ਆ, ਬਾਕੀ ਲੈਣਾ ਦੂਸਰਾ ਸਮਾਨ ਆ ਕੋਈ ਹੋਰ, ਫਿਰ ਮੈਂ ਮੂੰਗਫਲੀ ਲੈ ਲਈ, ਕਿਉਂਕਿ ਜੇ ਸੇਲ ਆਈ ਮੇਰੇ ਕੋਲ 3-4 ਹਜ਼ਾਰ ਦੀ ਮੂੰਗਫਲੀ ਲੈ ਲਈ। ਚਲੋ ਨਹੀਂ, ਮੈਂ ਤਾਂ ਬਾਈ ਜਾਨ ਮੂੰਗਫਲੀ ਮਹਿੰਗੀ ਬੜੀ ਆ, ਬੜੀ ਮਹਿੰਗੀ, ਮੈਂ ਬਾਈ ਜਾਨ ਲੈ ਕੇ ਆਇਆ ਗਿਆ। ਚਲੋ 550 ਨੂੰ ਆਪਾਂ ਨੂੰ ਮਿਲੀ ਆ ਅੱਗੇ, ਜੇ ਇਹਨਾਂ ਨੇ 150 ਦਾ ਪਾਈਆ ਸੇਲ ਹੋ ਗਈ ਜੀ, ਸ਼ਹਿਰ 600 800, ਮੈਂ ਪਤਾ ਕਿ ਸ਼ਹਿਰ 800 ਰੁਪਏ ਦੇ ਇੰਨੇ 45 ਕਰਕੇ ਮੈਂ ਆਖਿਆ ਕਿ ਬਾਈ ਜਾਨ ਨਹੀਂ, ਇਹ ਬੜਾ ਰਹਿਤ ਦੇ ਜਾਂਦਾ ਬਾਈ, ਨਾ ਮਾਰੇ ਤਾਂ ਸੌਦਾ ਮੂੰਗਫਲੀ ਵੀ ਅੱਛੀ ਦਾ ਨਾਲ ਜਿਹੜਾ ਰਹਿਤ, ਬਿਲਕੁਲ ਜਿਹੜਾ ਰਹਿਤ ਦੇ ਕੇ ਜਾਂਦਾ। ਕੋਈ ਨਹੀਂ, ਗੱਲ ਦਾ ਕੰਮ ਖਤਮ ਹੋ ਗਿਆ, ਮੰਮੀ ਤੰਦੂਰਾਂ ਦਾ ਕੰਮ ਸ਼ੁਰੂ ਕਰੋ, ਥੋੜਾ ਬਹੁਤ ਦੁਕਾਨ ਨੇ ਖਾਤ ਮੇਰੇ ਮਨ ਤੋਂ ਵੀ ਕੋਈ ਨਹੀਂ ਕਰਾਇਆ, ਟਾਈਮ ਕੋਈ ਲੱਗਦਾ, ਇਹ ਹੈਗਾ ਕਿ ਨਾ ਕੋਈ 15 ਹਜ਼ਾਰ ਕਿਤੋਂ ਲੈ ਲੋ ਕੇ ਨਿਜ਼ਾਮ ਚਲਾਇਆ ਗਿਆ, ਉਹਨਾਂ ਕੋਈ ਉਧਾਰ ਕਰ ਕੋਈ ਦੂ ਕਰੇ, ਦੁਕਾਨ ਇੱਕ ਬਣਾ ਰਿਹਾ, ਫਿਰ ਇਸ ਤਰ੍ਹਾਂ ਤੋਂ ਦੀ ਘਰ ਕਰ ਦਿੱਤੀ ਜਾਵਾਂਗੇ, ਸਹੀ ਨਹੀਂ? ਚਲੋ ਸਹੀ, ਉਹਨੇ ਕਿ ਮੂੰਗਫਲੀ ਦਿਓ ਅਤੇ ਮੈਂ ਚੱਲਦਾ ਇਨਸ਼ਾਅੱਲਾ, ਇੱਕ ਛਾਪਰ ਤੁਸੀਂ ਰੱਖ ਲਏ ਕੋਈ ਦੇ, ਚਲੋ ਟਾਈਮ ਤਕਰੀਬਨ ਜਿੰਨਾ ਵਾਹ ਹੋ ਗਿਆ, ਤਕਰੀਬਨ 1 ਵੱਜ ਚੱਲਿਆ, ਘੰਟਾ ਪਿਆ ਜੁਮਾ ਪੜੀਨ 'ਚ, ਬਾਕੀ ਮੌਸਮ ਜਿਹੜਾ ਸਾਫ ਹੋ ਗਿਆ। ਇੱਧਰ ਤੁਹਾਨੂੰ ਕਵਰ ਕਿੱਥੇ ਗਿਆ ਸੂਰਜ, ਮਾਸ਼ਾਅੱਲਾ ਜਿਹੜਾ ਨਿਕਲ ਆਇਆ, ਬੜਾ ਫਸਟ ਕਲਾਸ ਮੌਸਮ ਹੋ ਗਿਆ ਬਾਬਾ। ਇੱਥੇ ਆਇਆ ਆਸਿਫ ਬਾਈ ਹੋਰੀ ਅਤੇ ਦੋਨੋਂ ਜਿੰਨ ਆਸਿਫ ਲੱਗੇ ਹੋਏ ਹੈਗੇ, ਇਹ ਫਰੰਟ ਸਾਰਾ ਇਹਨਾਂ ਨੇ ਮੁਕੰਮਲ ਕਰ ਲਿਆ ਮਾਸ਼ਾਅੱਲਾ, ਇਹ ਸਾਈਡ 'ਤੇ ਲੱਗੇ ਹੋਏ ਹੈ ਜੀ, ਕਿਉਂਕਿ ਕਾਫੀ ਜ਼ਿਆਦਾ ਤਾਰ ਹੈਗੇ, ਸੀਮਿੰਟ ਉੱਤੇ ਲੱਦਾ ਹੁੰਦਾ, ਇਸ ਕਰਕੇ ਉੱਤੇ ਕੀਤਾ ਕੋਈ ਨਹੀਂ, ਉਹਨੇ ਇਨਸ਼ਾਅੱਲਾ ਅੱਲਾ ਪਾਕ ਖੈਰ ਕਰੇਗਾ, ਬਣਾ ਕੇ ਆਹ ਓਕੇ ਹੋ ਜਾਏਗਾ ਕੱਲ੍ਹ, ਇਹ ਫਿਰ ਇਨਸ਼ਾਅੱਲਾ ਦੇਖਾਂਗੇ ਜੀ ਕੀ ਕਰਨਾ। ਭਾਈ ਜਾਨ ਹੋਰੀ ਆਇਆ ਗਿਆ, ਕਹਿੰਦੇ ਆ ਮੇਰੇ ਨੂੰ ਹਰ ਵਾਰੀ ਆਉਂਦੇ ਆ, ਇਹ ਅਗਲਾ ਸਾਡਾ ਖਾਤਾ ਲਹਿਦਾ ਰਹਿ ਗਿਆ,
22,000 ਵਾਲਾ ਅਤੇ ਨਵਾਂ ਖਾਤਾ ਜਿਹੜਾ 16,000 ਪਿਛਲੀ ਵਾਰ ਕੀਤਾ ਆ ਗਿਆ ਅਤੇ 16,690 ਹੁਣ ਬਣਿਆ। 33,000 ਇੱਕ ਡੰਡੀ ਵਾਪਸ ਕੀਤੀ ਸਿਗਰਟਾਂ ਦੀ, 32,400 ਤੋਂ ਕੁਛ ਹੋ ਗਏ, ਜਿਨ੍ਹਾਂ 'ਚੋਂ ਇਹਨਾਂ ਨੂੰ ਮੈਂ ਤਕਰੀਬਨ ਜਿੰਨਾ 6,000 ਮੈਂ ਜਮ੍ਹਾਂ ਕੀਤਾ ਇਹਨਾਂ ਵਾਸਤੇ ਉਹ ਦੇ ਦਿੰਦਾ ਅਤੇ ਬਾਕੀ ਜਿਹੜਾ ਰਹਿ ਜਾਏਗਾ 26,000 ਰੁਪਏ। ਇਹ 22,000 ਅਗਲਾ ਤਕਰੀਬਨ ਜਿੰਨਾ 58,000 ਪਾਈ ਹੋ ਰਹਿੰਦਾ ਹੈ, 58 ਨਹੀਂ 48 48,000 ਹੋ ਜਾਏਗਾ, ਹੋ ਨਹੀਂ ਜਾਏਗਾ ਅਗਰ ਦੇ ਪੈਸੇ ਯਾਰ ਨਹੀਂ ਸਿਰ ਥੋੜੀ ਬਹੁਤ ਜਿਹਨੇ ਦੁਕਾਨ ਦੇਣੀ 15 ਤਰੀਕ ਨੂੰ ਮੈਂ ਪੈਸੇ ਥੋੜੇ ਥੋੜੇ ਕਰਕੇ ਸਟਾਰਟ ਕਰਾਂਗੇ, ਲੇਕਿਨ ਇੱਕ ਮੈਂ ਥੋੜੀ ਥੋੜੀ ਦੁਕਾਨ ਨਹੀਂ ਆਸਰਾ ਕਰ ਲਵਾਂਦੇ। ਲੇਕਿਨ ਇੱਕ ਬਾਈ ਹੋਰਾਂ ਦੀ ਮਿਹਰਬਾਨੀ, ਇਹ ਸਿਗਟਾਂ ਘੱਟੋ ਘੱਟ ਜਿਹੜੀਆਂ ਪਈਆਂ ਨਾ 20-25,000 ਦੀਆਂ ਖਾਲੀ ਆ ਸਿਗਟਾਂ ਹੈਗੀਆਂ ਨਾ, ਇਹ ਬਾਈ ਹੋਰਾਂ ਦੀ ਮਿਹਰਬਾਨੀ ਆ, ਇਹ ਸਾਰੀਆਂ ਮਾਸ਼ਾਅੱਲਾ ਪਈਆਂ ਕਿਉਂਕਿ ਨਾਲ ਕੁਛ ਲੈ ਗਿਆ ਸਾਬਣ। ਲੇਕਿਨ ਇਹ ਕਿ ਇਹ ਸਮਾਨ ਇਸ ਤੋਂ ਇਲਾਵਾ 22,000 ਇਹਨਾਂ ਦਾ ਇੱਕ ਦਿਨ ਹੈ, ਤਕਰੀਬਨ 22-32 52,000-6,000 ਵਿੱਚ ਮਾਈਨਸ ਕਰ ਲਓ, ਤਕਰੀਬਨ 46,000-47,000 ਰੁਪਏ ਬਕਾਇਆ ਹੋਣਾ ਹੈਗਾ। ਲੇਕਿਨ ਇਨਸ਼ਾਅੱਲਾ ਬਾਈ ਜਾਨ ਨੂੰ ਜੇ ਇੰਨਾ ਥੋੜ੍ਹੇ ਥੋੜ੍ਹੇ ਕਰਕੇ ਸਿਰ ਥੋੜ੍ਹਾ ਸੈੱਟ ਹੋ ਲਵਾਂ ਦਿਓ, ਫਿਰ ਇਹ ਹੈਗਾ ਕਿ ਕੋਈ ਤੁਹਾਨੂੰ ਦੇ ਦਿੱਤੇ ਕੁਛ ਵੈਸ ਕਿਰਾਨੇ ਵਾਲ ਦੂਸਰੇ ਬਾਈਆਂ ਕੋਲ ਸਮਾਨ ਲਿਆ, ਕੋਈ ਉਹਨਾਂ ਦੇ ਚਲਾ ਚਲੂ ਲਾਂਗੇ, ਬਸ ਥੋੜ੍ਹਾ ਬਹੁਤ ਕੰਪਰੋਮਾਈਜ਼ ਕਦੋਂ ਤੁਹਾਨੂੰ ਸਾਲ ਹੋ ਗਿਆ ਪੂਰਾ ਨਹੀਂ ਇਨਸ਼ਾਅੱਲਾ ਹੁਣ ਜੇ ਇੰਨਾ ਮੈਂ ਬਕਾਇਦਾ ਜੇ ਇੰਨਾ ਨੀਅਤ ਨਾਲ ਜੇ ਇੰਨਾ ਕੰਮ ਸ਼ੁਰੂ ਕੀਤਾ ਇਨਸ਼ਾਅੱਲਾ ਇਸ ਵਾਰੀ ਬਾਈ ਹੋਰਾਂ ਜੇ ਇੰਨਾ ਨਾਲ ਨਾਲ ਪੈਸੇ ਦੇਵਾਂਗਾ। ਬਾਕੀ ਜੇ ਬਾਈ ਹੋਰਾਂ ਨੂੰ 6,000 ਵੀ ਕੁੰਨ ਬਣਿਆ, 5,000-450 ਉਤਲਾ ਜੇ ਇੰਨਾ ਕਲੀਅਰ ਕੀਤਾ ਹੈਗਾ, ਅਤੇ ਬਾਕੀ ਇਨਸ਼ਾਅੱਲਾ ਬਾਈ ਜਾਨ ਬਸ ਨਾ ਹੈ ਕਿ ਕਿਉਂਕਿ ਬਾਈ ਹੋਰੇ ਮਿਹਨਤ ਕਿਸਮ ਦੇ ਮਜ਼ਦੂਰ ਬੰਦੇ ਹੈਗੇ ਆ। ਲੇਕਿਨ ਇਹ ਇਨਸ਼ਾਅੱਲਾ ਬਾਈ ਜਾਨ ਥੋੜ੍ਹਾ ਬਹੁਤ ਨਾ ਦੁਆ ਕਰੋ ਕਿ ਸੈਟਲ ਹੋ ਜਾਈਏ, ਫਿਰ ਆਹਿਸਤਾ ਕੱਲਾ ਪਾਕ ਮੇਰੇ ਰਿਜ਼ਾ ਕੇ ਬਰਕਤ ਪਾਵੇ ਇਨਸ਼ਾਅੱਲਾ। ਮੈਂ ਦਿਲ ਲੈ ਕੇ ਮਤਲਬ ਆਹਿਸਤਾ ਆਹਿਸਤਾ ਕਰਕੇ ਸਭ ਤੋਂ ਪਹਿਲੇ ਉਧਾਰ ਤੇ ਓਡਾ ਦੇਣਾ ਸਟਾਰਟ ਕਰਾਂਗੇ, ਫਿਰ ਬਾਕੀ ਕਰਾਂਗੇ ਇਨਸ਼ਾਅੱਲਾ। ਟਰੈਕਟਰ ਕੀਤਾ ਬੰਦ, ਮੈਂ ਚੱਲ ਮਿਸਤਰੀ ਨੂੰ ਫੇਰਾ ਮਾਰੇ ਫਿਰ ਆ ਕੇ ਖੋਲ ਲੈਂਦੇ ਹਾਂ, ਕਿਉਂਕਿ ਜ਼ਾਇਆ ਨਹੀਂ ਕਰਨਾ ਇਨਸ਼ਾਅੱਲਾ।